ਨજર ਮਾਰਾਂਗੇ ਪੰਜਾਬ ਦੀਆਂ ਖਬਰਾਂ ਤੇ ਪਹਿਲੀ ਖਬਰ ਲਵਾਗੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੀ ਹੋਈ ਹੈ ਪਿਛਲੇ ਲਗਭਗ ਇੱਕ ਸਾਲ ਤੋਂ ਲਟਕਦੇ ਆ ਰਹੇ ਪੰਜਾਬ ਮੰਤਰੀ ਮੰਡਲ ਚ ਵਾਦਾ ਹੋਣ ਦੀ ਸਬਾਵਨਾ ਹੁਣ ਮਜ਼ਬੂਤ ਹੋ ਗਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਦਰਮਿਆਨ 19 April ਨੂੰ ਦਿੱਲੀ ਚ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਚ ਫਾਈਨਲ ਕੀਤਾ ਜਾਵੇਗਾ ਕਿ ਕਿਹੜੇ ਵਿਧਾਇਕਾਂ ਨੂੰ ਮੰਤਰੀ ਮੰਡਲ ਚ ਲਿਆ ਜਾਣਾ ਹੈ ਸਿਆਸੀ ਸੂਤਰਾਂ ਦੀ ਮੰਨੀ ਤੱਕ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਚ ਖਾਲੀ 7 ਥਾਵਾਂ ਨੂੰ ਭਰਨ ਦੇ ਇੱਛੂ ਹਨ ਸੂਤਰਾਂ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਕੈਪਟਨ ਅਮਨਿੰਦਰ ਸਿੰਘ ਦਰਮਿਆਨ 11 ਅਪ੍ਰੈਲ ਨੂੰ ਚੰਡੀਗੜ੍ਹ 'ਚ ਹੋਈ ਮੁਲਾਕਾਤ ਦੌਰਾਨ ਮੰਤਰੀ ਮੰਡਲ 'ਚ ਲਏ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ਤੇ ਚਰਚਾ ਹੋਈ ਮੁੱਖ ਮੰਤਰੀ ਕੋਲ ਇਸ ਸਮੇਂ 42 ਵਿਭਾਗ ਹਨ ਉਨ੍ਹਾਂ ਪਹਿਲਾਂ ਹੀ ਵਧੇਰੇ ਵਿਭਾਗਾਂ ਨੂੰ ਵੱਖ-ਵੱਖ ਮੰ트ਰੀਆਂ ਵਿੱਚ ਵੰਡਣ ਦਾ ਸੰਕੇਤ ਦਿੱਤਾ ਹੈ ਦੱਸਣਯੋਗ ਹੈ ਕਿ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾ ਖਨਨ ਮਾਮਲੇ 'ਚ ਆਉਣ ਪਿੱਛੋਂ ਦਿੱਤੇ ਗਏ ਅਸਤੀਫੇ ਪਿੱਛੋਂ 9 ਮੰਤਰੀ ਬਣਾਏ ਜਾਣੇ ਬਾਕੀ ਹਨ ਕੈਪਟਨ ਮੰਤਰੀ ਮੰਡਲ ਵਿੱਚ ਵਾਅਦੇ ਦੇ ਨਾਲ-ਨਾਲ ਮੌਜੂਦਾ ਕੈਬਨਿਟ ਮੰਤਰੀ ਦੇ ਵਿਭਾਗਾਂ 'ਚ ਫੇਰ ਬਦਲ ਵੀ ਨਹੀਂ ਕਰਨਾ ਚਾਹੁੰਦੇ ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ 'ਚ ਵਾਅਦਾ ਕਰਦੇ ਸਮੇ ਮਾਜਾ ਦੁਆਬਾ ਅਤੇ ਮਾਲਵਾ ਦਰਮਿਆਨ ਸੰਤੁਲਨ ਬਣਾਈ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਹਿੰਦੂਆਂ ਸਿੱਖਾਂ ਦਲਤਾਂ ਤੇ ਹੋਰ ਨਾ ਪਛੜੇ ਵਰਗਾਂ ਨੂੰ ਟਕਵੀਂ ਪ੍ਰਤੀਨਿਧਤਾ ਦਿੱਤੀ ਜਾਵੇਗੀ ਨੌਜਵਾਨਾਂ ਅਤੇ ਉਹਨਾਂ ਦੇ ਮਿਸ਼ਰਣ ਨੂੰ ਬਣਾਈ ਰੱਖਦਿਆਂ ਰਾਹੁਲ ਬ੍ਰਿਗੇਡ ਨਾਲ ਸੰਬੰਧਿਤ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਇਸ ਸਮੇਂ ਮੰਤਰੀ ਮੰਡਲ 'ਚ 9 ਉਹਦੇ ਖਾਲੀ ਹਨ ਹਰ ਮੰਤਰੀ ਬਣਨ ਦੇ ਇੱਛੁਕ ਵਿਧਾਇਕਾਂ ਦੀ ਸੂਚੀ ਲੰਬੀ ਹੈ ਇਸ ਕਾਰਨ ਕੈਪਟਨ ਅਮਨਿੰਦਰ ਸਿੰਘ ਦੇ ਨਾਲ-ਨਾਲ ਕਾਂਗਰਸ ਹਾਈ ਕਮਾਂਡ ਨਾਵਾਂ ਨੂੰ ਫਾਇਲ ਕਰਨ ਦੀ ਸੰਬੰਧੀ ਸੰਭਲ-ਸੰਭਲ ਕੇ ਕਦਮ ਰੱਖ ਰਹੀ ਹੈ ਮੰਤਰੀ ਮੰਡਲ ਦੇ ਵਾਅਦੇ ਸਮੇਂ ਰਾਹੁਲ ਗਾਂਧੀ ਦੀ ਯੂਥ ਬ੍ਰਿਗੇਡ ਨਾਲ ਸਬੰਧਤ ਪ੍ਰਮੁੱਖ ਵਿਧਾਇਕਾਂ ਵਿਜਿੰਦਰ ਸਿੰਘਲਾ ਅਮਨਿੰਦਰ ਸਿੰਘ ਰਾਜਾ ਵੜਿੰਗ ਕੁਲਜੀਤ ਸਿੰਘ ਨਾਗਰਾ ਅਤੇ ਰਣਦੀਪ ਨਾਭਾ ਵਿੱਚੋਂ ਕਿਸੇ ਨੂੰ ਮੰਤਰੀ ਮੰਡਲ ਚ ਲਿਆ ਜਾ ਸਕਦਾ ਹੈ ਉਕਤ ਵਿਧਾਇਕਾਂ ਨੇ ਆਪਣਾ ਨਾਮ ਆਖਰੀ ਸਮੇਂ ਤੱਕ ਫਾਈਨਲ ਲਿਸਟ ਜੇ ਬਣਾਈ ਰੱਖਣ ਨੂੰ ਲੈ ਕੇ ਰਾਹੁਲ ਗਾਂਧੀ ਤੱਕ ਲਗਾਤਾਰ ਲਾਈਵਿੰਗ ਕਰ ਰਹੇ ਹਨ ਇਸ ਤੋਂ ਇਲਾਵਾ ਡਾਕਟਰ ਰਾਜਕੁਮਾਰ ਵੇਰਕਾ ਡਾਕਟਰ ਰਾਜਕੁਮਾਰ ਚੰਬੇਵਾਲ ਸੁਸ਼ੀਲ ਰਿੰਕੂ ਵਰਗੇ ਦਲਿਤ ਵਿਧਾਇਕ ਰਾਹੁਲ ਗਾਂਧੀ ਤੱਕ ਪਹੁੰਚ ਬਣਾਉਣ ਚ ਜੁਟੇ ਹੋਏ ਹਨ ਓਪੀ ਸੋਨੀ ਭਾਰਤ ਪੂਸ਼ਣ ਆਸ਼ੂ ਸੁਰਿੰਦਰ ਡਾਬਰ ਰਕੇਸ਼ ਪਾਂਡੇ ਅਤੇ ਰਜਿੰਦਰ 베ਰੀ ਵਰਗੇ ਹਿੰਦੂ ਚਿਹਰੇ ਵੀ ਮੰਤਰੀ ਦਾ ਅਹੁਦਾ ਲੈਣ ਦੇ ਇੱਛੂ ਹਨ OBC ਵਰਗ ਚੋਂ ਸੰਗਤ ਸਿੰਘ ਬਾਜੀ ਮਾਰ ਸਕਦੇ ਹਨ ਕੈਪਟਨ ਅਮਨਿੰਦਰ ਸਿੰਘ ਤੇ ਆਪਣਾ ਭਰੋਸੇ ਯੋਗ ਵਿਧਾਇਕਾਂ ਸੁਖਵਿੰਦਰ ਸਿੰਘ ਸੁਖਸ਼ਕਾਰੀਆ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ਵਿੱਚ ਅਡਜਸਟ ਕਰਨ ਦਾ ਦਬਾਅ ਹੈ ਮੋਹਾਲੀ ਤੋਂ ਤਿੰਨ ਵਾਰ ਵਿਧਾਇਕ ਬਣੇ ਬਲਵੀਰ ਸਿੰਘ ਸਿੱਧੂ ਅਮਰੀਕ ਸਿੰਘ ਢਿੱਲੋ ਰਜਨੀਸ਼ ਕੁਮਾਰ ਬੱਬੀ ਅਤੇ ਸੁਰਜੀਤ ਸਿੰਘ ਧੀਮਾਨ ਨੇ ਵੀ ਮੰਤਰੀ ਬਣਨ ਲਈ ਲਾਈਵਿੰਗ ਤੇਜ਼ ਕਰ ਦਿੱਤੀ ਹੈ। ਆਪਜੀ ਦੇਖ ਰਹੇ ਹੋ ਪਟਿਆਲਾ ਟੀਵੀ। ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ دیکھتے ਰਹੋ ਪਟਿਆਲਾ ਟੀਵੀ। ਤੁਸੀਂ ਇਹ ਕਾਰਡੀਕ ਮੋਨੀਟਰ ਨੂੰ ਆਪਰੇਟ ਕਰਨ ਬਾਰੇ ਕਿਵੇਂ ਜਾਣਦੇ ਹੋ? ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਤੋਂ OT ਦਾ ਡਿਪਲੋਮਾ ਕਰ ਰਹੀ ਹਾਂ। ਟ੍ਰੇਨਿੰਗ ਤੋਂ ਬਾਅਦ ਐਸੇ ਹਸਪੀਟਲ ਵਿੱਚ ਤੁਹਾਡੀ ਜੋਬ ਪੱਕੀ। ਯੈਸ ਤੁਸੀਂ ਵੀ ਆਪਣੇ ਬੱਚਿਆਂ ਦਾ ਫਿਚਰ ਸਵਾਨਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜਰੂਰ ਰਖੋ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ 메ਨ ਰੋਡ ਫੈਕਟਰੀ ਏਰੀਆ ਪਟਿਆਲਾ